ਤੇ ਨਾ ਮੈਂ ਇਹਦੀਆਂ ਚੂੜੀਆਂ ਜਿਹੜੀਆਂ ਸੀ ਲੈ ਕੇ ਜਾਣੀਆਂ ਫਿਰ ਮੈਂ ਸੋਚਿਆ ਕਿ ਇੱਥੇ ਆਂਟੀ ਹੈਗੇ ਆ ਤੇ ਉਹਨਾਂ ਕੋਲ ਪਵਾ ਹੀ ਲੈਣੀ ਆ ਤੇ ਮੈਂ ਪਵਾ ਲਿਆ ਤਾਂ ਹਾਏ ਨਾ ਮੈਨੂੰ ਬਹੁਤ ਸੋਹਣੀਆਂ ਲੱਗਣ ਦਈਆਂ ਇਮਾਨ ਪਵਾਉਣੀ ਹੈ ਇਮਾਨ ਤੂੰ ਵੀ ਪਵਾਉਣੀ ਆ ਆਇਆ ਤੇ ਇੱਥੇ ਹਰ ਤਰ੍ਹਾਂ ਦੀ ਪਈ ਆ ਤੇ ਮੇਰਾ ਇੰਨਾ ਸ਼ੌਕ ਸੀ ਕਿ ਨਾ ਮੈਂ ਚੂੜੀਆਂ ਪਵਾਉਣੀਆਂ ਮੈਂ ਪਵਾਉਣੀਆਂ ਅੱਜ ਮੈਂ ਪਵਾ ਕੇ ਸ਼ੌਕ ਪੂਰਾ ਕਰ ਹੀ ਲਿਆ ਤੇ ਮੈਂ ਸਫਾਈਆਂ ਕਰਨ ਵਾਸਤੇ ਆਪਣੇ ਘਰ ਬੁਲਾਇਆ ਇੱਕ ਬੰਦੀ ਨੂੰ ਤੇ ਉਹ ਬੰਦੀ ਮੈਂ ਤੁਹਾਨੂੰ ਦਿਖਾਵਾਂਗੀ ਆਈ ਹੋਪ ਕਿ ਤੁਹਾਨੂੰ ਉਸ ਬੰਦੀ ਦਾ ਇੰਤਜ਼ਾਰ ਹੋਵੇਗਾ ਤੇ ਇਸ ਲਈ ਮੈਂ ਕਿਹਾ ਚਲੋ ਤੁਹਾਡਾ ਵੀ ਇੰਤਜ਼ਾਰ ਖਤਮ ਕਰਾਂ ਤੇ ਮੈਂ ਉਸ ਬੰਦੀ ਨੂੰ ਵੀ ਬੁਲਾ ਲਵਾਂ ਕਿ ਸਫਾਈਆਂ ਕਰਨੀਆਂ ਤੇ ਆਇਆ ਤੇ ਉਹ ਬੰਦੀ ਵੀ ਆ ਗਈ ਹੈ ਅਸਲਾਮੁ ਅਲੈਕਮ ਵੈਲਕਮ ਬੈਕ ਟੂ ਅ ਨਿਊ ਵਲੌਗ ਤੇ ਕੀ ਹਾਲ ਚਾਲ ਨੇ ਠੀਕ ਹੋ ਨਾ ਮੇਰੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਲਹਮਦੁਲਿਲਾ ਅਸੀਂ ਵੀ ਠੀਕ ਠਾਕ ਤੇ ਪੇਟਾ ਤੇ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮਾ ਆਮੀਨ ਤੇ ਅੱਜ ਮਾਸ਼ਾਅੱਲਾ ਹੋ ਗਿਆ 27ਵਾਂ ਰੋਜ਼ਾ ਤੇ ਰਮਜ਼ਾਨ ਇੰਨੀ ਸਪੀਡ ਨਾਲ ਗੁਜ਼ਰ ਗਿਆ ਪਹਿਲੇ ਹੁੰਦਾ ਸੀ ਕਿ ਰਮਜ਼ਾਨ ਨਹੀਂ ਆ ਰਿਹਾ ਰਮਜ਼ਾਨ ਨਹੀਂ ਆ ਰਿਹਾ ਜਦੋਂ ਰਮਜ਼ਾਨ ਆ ਜਾਂਦਾ ਠੀਕ ਆ ਫਿਰ ਰਮਜ਼ਾਨ ਦੀ ਖੁਸ਼ੀ ਹੁੰਦੀ ਆ ਖੈਰ ਕਿ ਰਮਜ਼ਾਨ ਉਸ ਰਮਜ਼ਾਨ ਤੋਂ ਬਾਅਦ ਈਦ ਆਣੀ ਫਿਰ ਈਦ ਦੀ ਖੁਸ਼ੀ ਹੁੰਦੀ ਹੁਣ ਰਮਜ਼ਾਨ ਜਾ ਰਿਹਾ ਤੇ ਹੁਣ ਅਸੀਂ ਦਾ ਦੁੱਖ ਕਿ ਹੈ ਇੰਨੀ ਜਲਦੀ ਰਮਜ਼ਾਨ ਗੁਜ਼ਰਿਆ ਤੇ ਹੁਣ ਈਦ ਆ ਗਈ ਆ ਈਦ ਆ ਗਈ ਆ ਬਲਕਿ ਕਿੰਨੇ ਦੋ ਤਿੰਨ ਦਿਨ ਰਹਿ ਗਏ ਈਦ ਨੂੰ ਹੁਣ ਪਤਾ ਨਹੀਂ 29 ਰੋਜ਼ੇ ਬਣਦੇ ਕਿ 30 ਰੋਜ਼ੇ ਬਣਦੇ ਇਹ ਕੁਛ ਨਹੀਂ ਕਹਿ ਸਕਦੇ ਕਿ ਇਹ ਪਾਕਿਸਤਾਨ ਆ ਤੇ ਇਹਦੇ ਵਿੱਚ ਕੁਛ ਨਹੀਂ ਪਤਾ ਕਿ ਹੋਣਾ ਦਿਨ ਨੂੰ ਕੁਛ ਹੁੰਦਾ ਤੇ ਰਾਤ ਨੂੰ ਕੁਛ ਹੁੰਦਾ ਤੇ ਇਹ ਆਖਰੀ ਰੋਜ਼ੇ ਹੀ ਪਤਾ ਚੱਲਣਾ ਕਿ ਇੱਥੇ ਕੀ ਚੱਲ ਚੜਿਆ ਵਾ ਤੇ ਤੁਹਾਨੂੰ ਮੈਂ ਦੱਸਾਂ ਕਿ ਹੁਣ ਅਸੀਂ ਕੰਮ ਸ਼ੰਮ ਕਰਨਾ ਤੇ ਮੇਰੀ ਮੰਮੀ ਨੇ ਨਾ ਸਾਨੂੰ ਸਿਰ ਤੇ ਬੰਦੂਕ ਰੱਖੀ ਹੋਈ ਆ ਕਿ ਘਰ ਦੀਆਂ ਸਫਾਈਆਂ ਕਰ ਲਓ ਤੁਸੀਂ ਘਰ ਦੀ ਸਫਾਈ ਨਹੀਂ ਕਰਦੇ ਤੁਹਾਡਾ ਸੁੱਕਾ ਹੀ ਪੂਰਾ ਹੁੰਦਾ ਜਦੋਂ ਦੇਖੋ ਤੁਸੀਂ ਸੁੱਕਾ ਸੁੱਕਾ ਸੁੱਕਦੀਆਂ ਰਹਿੰਦੀਆਂ ਹੁੰਦੀਆਂ ਤੇ ਮੈਂ ਸਫਾਈਆਂ ਕਰਨ ਵਾਸਤੇ ਆਪਣੇ ਘਰ ਬੁਲਾਇਆ ਇੱਕ ਬੰਦੀ ਨੂੰ ਤੇ ਉਹ ਬੰਦੀ ਮੈਂ ਤੁਹਾਨੂੰ ਦਿਖਾਵਾਂਗੀ ਆਈ ਹੋਪ ਕਿ ਤੁਹਾਨੂੰ ਉਸ ਬੰਦੀ ਦਾ ਇੰਤਜ਼ਾਰ ਹੋਵੇਗਾ ਤੇ ਇਸ ਲਈ ਮੈਂ ਕਿਹਾ ਚਲੋ ਤੁਹਾਡਾ ਵੀ ਇੰਤਜ਼ਾਰ ਖਤਮ ਕਰਾਂ ਤੇ ਮੈਂ ਉਸ ਬੰਦੀ ਨੂੰ ਵੀ ਬੁਲਾ ਲਵਾਂ ਕਿ ਸਫਾਈਆਂ ਕਰਨੀਆਂ ਤੇ ਆਇਆ ਤੇ ਉਹ ਬੰਦੀ ਵੀ ਆ ਗਈ ਹੈ ਕੱਲ ਹਾਂ ਕੱਲ ਆਈ ਸੀ ਚਾਣਕ ਆਈ ਸੀ ਸਰਪ੍ਰਾਈਜ਼ ਦਿੱਤਾ ਸੀਗਾ ਵੀਡੀਓ ਮੇਰੇ ਕੋਲ ਬਣਾਉਣੀ ਚਾਹੀਦੀ ਤੇ ਮੈਂ ਤੁਹਾਨੂੰ ਦੱਸ ਦਿੰਦੀ ਤੇ ਕਿ ਚਿੱਤਰ ਵੀ ਪਏ ਸੀਗੇ ਕਿ ਤੁਹਾਨੂੰ ਦੱਸ ਕੇ ਦੱਸੇ ਬਗੈਰ ਇਹ ਦੱਸਿਆ ਹੀ ਨਹੀਂ ਆ ਤੇ ਹੁਣ ਮੈਂ ਕਿ ਚਲੋ ਤੁਮ ਚੱਲਦੀ ਹਾਂ ਉਸ ਬੰਦੀ ਨੂੰ ਕਿ ਉਸ ਬੰਦੀ ਨੂੰ ਬੁਲਾਉਣ ਦਾ ਮੇਨ ਮਕਸਦ ਹੀ ਇਹ ਹੁੰਦਾ ਕਿ ਘਰ ਦੀ ਸਫਾਈਆਂ ਸਫਾਈਆਂ ਕਰਾਣੀਆਂ ਹੁੰਦੀਆਂ ਵਾ ਤੇ ਅਸੀਂ ਇਸ ਲਈ ਮੋਸਟਲੀ ਉਸ ਬੰਦੀ ਨੂੰ ਬੁਲਾਉਂਦੇ ਹੁੰਦੇ ਆ ਤੇ ਮੈਂ ਨਾ ਇੱਥੋਂ ਹਲਕਾ ਫੁਲਕਾ ਖਰਾਬ ਚੱਲਦਾ ਕਿਉਂਕਿ ਅੱਜ ਧੋਣ ਧੋਈਏ ਕਰਨਾ ਤੇ ਸ਼ਾਇਦ ਅਸੀਂ ਆ ਵੀ ਧੋਈਏ ਤੇ ਹੁਣ ਚੱਲਦੇ ਤੁਹਾਨੂੰ ਉਸ ਬੰਦੀ ਨੂੰ ਬੁਲਾਉਣ ਵਾਸਤੇ ਜਿਹਨੂੰ ਮੈਂ ਸਪੈਸ਼ਲ ਕੰਮ ਵਾਸਤੇ ਸੱਦਿਆ ਵਾ ਜੇ ਤੋਂ ਬਗੈਰ ਸਾਡੇ ਘਰ ਦਾ ਕੰਮ ਨਹੀਂ ਪੂਰਾ ਹੁੰਦਾ ਹੈਗਾ ਤੇ ਉਹ ਬੰਦੀ ਹੈ ਹੈਗੀ ਆ ਮਾਸ਼ਾਅੱਲਾ ਮਾਸ਼ਾਅੱਲਾ ਨੂਰੀ ਨੂੰ ਨੂਰੀ ਨੂਰ ਵਾਲੇ ਮੂੰਹ ਤੇ ਰੋਜ਼ੇ ਰੱਖ ਰੱਖ ਕੇ ਮੈਂ ਰੋਜ਼ੇ ਰੱਖ ਕੇ ਅਸਲਾਮ ਅਲੈਕੁਮ ਵੀਵਰਸ ਕੀ ਹਾਲ ਚਾਲ ਹੈ ਤੁਹਾਡੇ ਮੇਰੇ ਘਰ ਨੂੰ ਸਭ ਠੀਕ ਹੋਣਗੇ ਨਾ ਤੇ ਤੁਹਾਨੂੰ ਮੈਂ ਦੱਸਾਂ ਵੀਵਰਸ ਕਿ ਸਪੈਸ਼ਲ ਇਸ ਬੰਦੀ ਨੂੰ ਕੰਮ ਵਾਸਤੇ ਬੁਲਾਇਆ ਗਿਆ ਤੇ ਕਿਉਂਕਿ ਇਹ ਤੋਂ ਬਗੈਰ ਸਾਡੇ ਕੋਲ ਨਾ ਕੰਮ ਨਹੀਂ ਹੁੰਦਾ ਹੈਗਾ ਮੈਂ ਤਾਂ ਕੰਮ ਕਰ ਹੀ ਲੈਂਦੀ ਆ ਜਿਹੜੀ ਨਾ ਇਹ ਆਖਰੀ ਸਮਾਂ ਤੇ ਰਹਿੰਦੀ ਜਦੋਂ ਦੇਖੋ ਆਖਰੀ ਸਮਾਂ ਤੇ ਰਹਿੰਦੀ ਇਸ ਲਈ ਮੇਰੇ ਕੋਲ ਕੱਲ ਕੋ ਕੰਮ ਨਹੀਂ ਸੀ ਹੋਇਆ ਇਹਨੂੰ ਬੁਲਾਇਆ ਕਿ ਆਜਾ ਭੈਣ ਕੰਮ ਕਰਨਾ ਆ ਤੇ ਚੱਲ ਤੂੰ ਆਇਆ ਹੈ ਤੇ ਇਹ ਆ ਗਈ ਆ ਤੇ ਹੁਣ ਅੱਜ ਤੁਹਾਨੂੰ ਮੈਂ ਦੱਸ ਦੇਖੋ ਮੈਂ ਕੀ ਕੰਮ ਕਰਨਾ ਕੀ ਕੰਮ ਇਹਦੇ ਵਾਸਤੇ ਮੈਂ ਰੱਖੇ ਹੋਏ ਆ ਤੇ ਨਾ ਮਾਸ਼ਾਅੱਲਾ ਨਾ ਲੋਕ ਨਾ ਰੋਜ਼ੇ ਰੱਖ ਕੇ ਨਾ ਥੋੜਾ ਕਮਜ਼ੋਰ ਹੁੰਦਾ ਮੇਰੇ ਵਰਗੇ ਹੁੰਦੇ ਆ ਠੀਕ ਆ ਤੁਹਾਨੂੰ ਤੇ ਇਹ ਮਾਸ਼ਾਅੱਲਾ ਨਾ ਮੈਂ ਕੀ ਦੱਸਾਂ ਜਦੋਂ ਆਈ ਮਾਸ਼ਾਅੱਲਾ ਨਾ ਮੇਰੇ ਮੂੰਹ ਚ ਤਾਂ ਇਹਨੂੰ ਵੇਖ ਕੇ ਮਾਸ਼ਾਅੱਲਾ ਹੀ ਨਿਕਲ ਆਉਂਦੇ ਆ ਕਿ ਹੈ ਮਾਸ਼ਾਅੱਲਾ ਐਡੀ ਸਿਹਤਮੰਦ ਲਾਈਫ ਤੂੰ ਰੋਜ਼ੇ ਰੱਖ ਕੇ ਇੰਨੀ ਸਿਹਤਮੰਦ ਤੇ ਇਹ ਰਾਸ ਸਾਨੂੰ ਵੀ ਦੱਸ ਦੇ ਤੇ ਇਹਨਾਂ ਨੂੰ ਵੀਵਰਸ ਵੀ ਦੱਸ ਦੇ ਕਿ ਤੂੰ ਰੋਜ਼ੇ ਰੱਖ ਕੇ ਐਡੀ ਸਿਹਤਮੰਦ ਕਿੱਦਾਂ ਹੋ ਸਕਦੀਆਂ ਇਹ ਰਾਸ ਗੱਲ ਤੁਸੀਂ ਨਹੀਂ ਲਿਆਉਂਦੀਆਂ ਤੇ ਮੇਰੀ ਅੰਮੀ ਜਿਹੜੀ ਆ ਫੁੱਲ ਤਪੀ ਪਈ ਆ ਇਸ ਟਾਈਮ ਕਿ ਤੁਸੀਂ ਦਿਨ ਦਾ 1 ਵਜ ਗਿਆ ਤੇ ਤੁਸੀਂ ਕੋਈ ਸਫਾਈ ਨਹੀਂ ਕਰਾਂਦੀਆਂ ਹੈਗੇ ਕੁਛ ਨਹੀਂ ਕਰਦੀਆਂ ਹੈਗੀਆਂ ਤੁਸੀਂ ਦੱਸ ਦਿੰਦੇ ਤੇ ਵੀ ਆਪ ਹੀ ਕਰ ਲਾ ਤੇ ਆ ਇਸਤਰੀ ਸਾਡੀ ਕੋਈ ਹੈਗੀ ਅੰਮੀ ਦੇ ਜ਼ਮਾਨੇ ਦੀ ਜਿਹੜੀ ਹੇ ਤੱਕ ਤੁਰੀ ਆਉਂਦੀ ਆ ਦਾਰੀ ਤੇ ਹੁਣ ਬਚਾਈ ਦਾ ਪੇਚ ਪੂਜਣਾ ਇਹਦੇ ਪਾਰਟਸ ਆਫ ਬੋਡੀ ਢਿੱਲੇ ਹੋ ਗਏ ਆ ਤੇ ਇਹ ਨਾ ਸਾਨੂੰ ਹੁਣ ਰੋਜ਼ ਦੁਖੀ ਕਰਨ ਲੱਗਦੇ ਹੈਗੇ ਹੈ ਵੀ ਗਰਮ ਆ ਤਾਂ ਹੁਣ ਮੈਨੂੰ ਕੋਈ ਲੱਗਦੀ ਨਹੀਂ ਪਈ ਚਲੋ ਮੈਂ ਕੈਮਰਾ ਬੰਦ ਕਰਕੇ ਲਾ ਕੇ ਦਿਖਾਨੀ ਤੇ ਇਹਦਾ ਜਿਹੜਾ ਮੈਂ ਅੱਧਾ ਹਿੱਸਾ ਸੀ ਨਾ ਇਹਦੀ ਬੈਗ ਜਿਹੜੀ ਮੈਂ ਜੋੜ ਦਿੱਤੀ ਆ ਫਿਰ ਕਿ ਲੱਗੇ ਇੱਜ਼ਤ ਕਾ ਜਲਾ ਇਸ ਜਲੂਸ ਹੀ ਨਿਕਾਲਦੀ ਆ ਇਸਨੇ ਤਾਂ ਮੇਰੀ ਬਸ ਠੀਕ ਆ ਸਮਝੋ ਜੁੜ ਗਿਆ ਸੀਗਾ ਮੈਨੂੰ ਪਤਾ ਚੱਲ ਗਿਆ ਕਿ ਇਹਨਾਂ ਨੇ ਧੋਣ ਧੋਈ ਵਾਲਾ ਕੰਮ ਕਰਨਾ ਤੇ ਮੇਰੀ ਅੰਮੀ ਨੇ ਗੱਦੀਆਂ ਗੁੱਦੀਆਂ ਜਿਹੜੀਆਂ ਸਾਰੇ ਚੱਕਦੇ ਵਿਚਾਰਿਆ ਇਹਨਾਂ ਨੂੰ ਰੰਗ ਚੜ ਗਿਆ ਜੋ ਵੀ ਸੀਗਾ ਨਹੀਂ ਰੰਗ ਨਹੀਂ ਚੜੇ ਵੈਸੇ ਥੱਲੇ ਵਾਈਟ ਵਾਈਟ ਲੱਗਾ ਇਹਨੂੰ ਹੁਣੀ ਸਾਫ਼ ਕਰਕੇ ਤਾਂ ਨੀਟ ਐਂਡ ਕਲੀਨ ਕਰਕੇ ਇੱਥੇ ਰੱਖ ਦਾਂਗੇ ਇਹ ਆ ਲੱਗਾ ਹੁਣ ਸਾਫ਼ ਤੇ ਸਾਰਾ ਅਸੀਂ ਸਿਸਟਮ ਖਾਲੀ ਖੋਲੀ ਕਰ ਲਿਆ ਤੇ ਲੈਬਾਂ ਨੂੰ ਅਸੀਂ ਲਾਉਣ ਲੱਗੇ ਹਾਂ ਕੰਮ ਤੇ ਚੱਕ ਲਿਆ ਪੈਪ ਵੀ ਤੇ ਚਲਾ ਲਿਆ ਪੈਪ ਵੀ ਤੇ ਚੱਲ ਦਰਵਾਜ਼ਾ ਬਚਾਲੀ ਤੇ ਮੈਂ ਹੁਣ ਬਾਹਰ ਆਈ ਹਾਂ ਤੇ ਮੈਨੂੰ ਲੱਗ ਗਈ ਹੈ ਟੈਂਸ਼ਨ ਕਿ ਪਾਣੀ ਸਾਰਾ ਐਨ ਜਾਣਾ ਤੇ ਮੇਰਾ ਮਾਓ ਬਿੱਲਾ ਜਿਹੜਾ ਵਾ ਇਹਦਾ ਮੈਨੂੰ ਇੰਤਜ਼ਾਮ ਕੋਈ ਕਰਨਾ ਪੈਣਾ ਹਨਾ ਮਾਓ ਹੈਂਡ ਚੈੱਕ ਕਰ ਲਓ ਐਚ ਸ਼ਾਮ ਅਲੈਕੁਮ ਕਰ ਲਓ ਕਿਆ ਸ਼ਾਮ ਕੈਸੇ ਲੈਤੇ ਹੋ ਤੇ ਮਾਓ ਇਹ ਮਾਓ ਸ਼ਾਮ ਅਲੈਕੁਮ ਕੈਸੇ ਅੱਛਾ ਅੱਛਾ ਐਸੇ ਹੀ ਰਾਈਟ ਹੈਂਡ ਚ ਲੈਤੇ ਹੋ ਤੇ ਅੱਛਾ ਮੇਰਾ ਲੈਫਟ ਹੀ ਹੈ ਤੋ ਇਹ ਮੇਰਾ ਮਾਂ ਸੁਬਹਾ ਦਾ ਉੱਠਾ ਸ਼ਰਾਰਤਾਂ ਸ਼ੁਰੂ ਤਾਂ ਕਰਕੇ ਹੁਣ ਥੱਕ ਹਾਰ ਕੇ ਤਾਂ ਸੁੱਤਾ ਸੀਗਾ ਲੇਕਿਨ ਇਹ ਸਾਡੇ ਸ਼ੋਰ ਨਾਲ ਫਿਰ ਉੱਠ ਗਿਆ
ਉੱਠ ਕੇ ਤੇ ਹੁਣ ਦੇਖਣ ਦੇ ਆ ਕਿ ਇਹਨਾਂ ਨੂੰ ਸਕੂਨ ਨਹੀਂ ਹੈਗਾ, ਨਾ ਇਹਨਾਂ ਨੇ ਸਕੂਨ ਨਾਲ ਸੋਣਾ ਤੇ ਨਾ ਇਹਨਾਂ ਨੇ ਮੈਨੂੰ ਸੌਣ ਦੇਣਾ, ਤੇ ਵਿਚਾਰੇ ਨੂੰ ਹਲੇ ਵੀ ਨੀਂਦ ਆਈ ਹੋਈ ਆ ਤੇ, ਲੇਕਿਨ ਆਪਾਂ ਇਹਨਾਂ ਨੂੰ ਜਗ੍ਹਾ ਥੋੜ੍ਹੀ ਚੇਂਜ ਕਰਦੇ ਹਾਂ ਤੇ ਫਿਰ ਇਹਨੂੰ ਸੁਲਾਉਂਦੇ ਹਾਂ, ਹੈ ਨਾ ਮਮੀਲੇ? ਤੇ ਇੰਨਾ ਕਿ ਸਤੋ ਹੋ ਗਿਆ ਤੇ ਮੇਰੇ ਹੱਥ ਦੇ ਤਾ ਵੈਪਰ ਕਿ ਤੂੰ ਮਾਰ ਵੈਪਰ। ਮੈਂ ਕਿਹਾ ਚਲੋ ਠੀਕ ਹੈ ਤੇ ਮੈਂ ਖੁਸ਼ੀ ਖੁਸ਼ੀ ਮਾਰ ਲਾਂਗੀ, ਤੁਸੀਂ ਬਾਕੀ ਕੰਮ ਕਰੋ, ਇੱਧਰੋਂ ਧੋ ਲਿਆ। ਤੇ ਵਿਊਅਰਸ ਹੁਣ ਮੈਂ ਇੱਦਾਂ ਘਰ ਧੋ ਕੇ ਮੈਂ ਬਹੁਤ ਥੱਕ ਗਈ ਸੀਗੀ ਤੇ ਇਸ ਕਰਕੇ ਨਾ ਹੁਣ ਜਿਹੜੀ ਮਾਂ ਪਿੱਛੇ ਪਿੱਛੇ ਵਾਪਰ ਲਗਾ ਰਹੀ ਹੈ ਤੇ ਜਿਹੜੀ ਆਮਨਾ ਹੈ ਉਹ ਅੱਗੇ ਹੁਣ ਧੋ ਰਹੀ ਹੈ, ਕਿਉਂਕਿ ਮੈਂ ਕਿਹਾ ਕਿ ਮੇਰੀ ਹੋ ਗਈ ਹੈ ਬਸ, ਤੁਹਾਨੂੰ ਪਤਾ ਮੈਂ ਕਿੱਡੀ ਕਮਜ਼ੋਰ ਹੀ ਜਾਂ ਨਾ, ਮੇਰਾ ਲੱਕ ਬੜਾ, ਮੇਰਾ ਲੱਕ ਰਹਿ ਗਿਆ ਝਾੜੂ ਬਹਿ ਕੇ ਧੋਂਦੀ ਤਾਂ ਸੀ, ਮੇਰਾ ਲੱਕ ਹੁਣ ਥੱਲੇ ਨਾਲ ਲੱਗ ਗਿਆ, ਮੇਰੀ ਹੋ ਗਈ ਬਸ। ਇਸ ਕਰਕੇ ਹੁਣ ਇਹ ਦੋਨੇ ਲੱਗੀਆਂ ਨੇ, ਕਿਉਂਕਿ ਸਿਰਫ ਆਹ ਹੀ ਰਹਿ ਗਏ, ਅੰਦਰ ਤਾਂ ਮੈਂ ਸਾਰਾ ਚਮਕਾ ਦਿੱਤਾ। ਆਹ ਵੇਖੋ ਕਦੇ ਤੁਸੀਂ ਮੇਰਾ ਘਰ ਇੰਨਾ ਚਮਕਦਾ ਹੋਇਆ ਦੇਖਿਆ ਹੋਣਾ ਸਾਫ਼ ਸੁਥਰਾ, ਨਹੀਂ ਮੈਂ ਚਮਕਾ ਦਿੱਤਾ ਸਾਰਾ ਘਰ। ਅਤੇ ਨਾ ਇਮਾਨ ਹੁਣ ਸਾਡੇ ਹੱਥੀ ਆਈ ਹੋਈ ਆ ਅਤੇ ਅੱਜ ਅਸੀਂ ਕੋਈ ਜਲ ਲਵਾਉਂਦੇ ਨੇ ਬਿਚਾਰੀ ਕੋਲੋਂ, ਇਹ ਬਿਚਾਰੀ ਥੋੜ੍ਹੀ ਨਿੱਕੀ ਜਿਹੀ ਸੀਗੀ ਅਤੇ ਇਸ ਲਈ ਨਾ ਸੋਟਾ ਜਿਹੜਾ ਸੀਗਾ ਵੱਡਾ ਕਰ ਦਿੱਤਾ ਅਤੇ ਉਹ ਹੁਣ ਇਹਦੀ ਸਿਹਤ ਨਾਲੋਂ ਜ਼ਿਆਦਾ ਵੱਡਾ ਹੋ ਗਿਆ ਤਾਂ ਸੰਭਾਲ ਲੈਂਦਾ ਅਤੇ ਇਹਦੇ ਹੱਥੋਂ ਫਿਸਲਣ ਦਿਆ। ਚੰਗੇ ਤਰੀਕੇ ਨਾਲ ਵਿਚਾਰੀ ਹੁਣ ਘਰ ਵਿਹਲੀ ਹੈਗਾ, ਇਸ ਲਈ ਸਾਡੇ ਵਿਹਲੀ ਹਜ਼ਮ ਨਹੀਂ ਨਾ ਹੁੰਦੀ ਹੈਗੀ, ਮਾਂ ਨਾ ਉਹ ਖੁੰਜੇ ਛਾਈ ਵੀ ਹੈ। ਤੇ ਆ ਬੰਦੀ ਕਹਿੰਦੀ ਮੈਂ ਅੰਨੇ ਵਾਂਗੂ ਕਰਨ ਦਈ ਆ ਅੰਮੀ, ਤੇ ਜੇ ਤੁਹਾਡਾ ਕੋਈ ਨੁਕਸਾਨ ਕੋਈ ਬਲਬ ਬੁਲਬ ਟੁੱਟ ਟੁੱਟ ਗਿਆ ਤੇ ਮੈਨੂੰ ਜ਼ਰਾ ਵੀ ਕਹਿਣਾ ਹੈਗਾ, ਤੇ ਕਹਿੰਦੀ ਮੈਂ ਆਪਣੀ ਸਿਹਤ ਨਾਲ ਵੱਡੇ ਕੰਮ ਕਰਨ ਦਈ ਹਾਂ, ਹੈ ਨਾ ਮਾਂ? ਐਂਦੀ ਕੀ ਆ ਤੇ ਹਾਂ, ਤਾਂ ਹੀ ਤੇਰਾ ਤੂੰ ਕਰ ਸਕਦੀ ਹੈ ਇਹ ਕੰਮ ਜਿੰਨੀ ਕਿ ਤੂੰ ਹੈਗੇ ਮੇਰਾ, ਤੈਨੂੰ ਜਿਹੜੇ ਛੋਟੀ ਦੇ ਕੇ ਬਣ ਕੇ ਫਿਰ ਫੇਰ ਦੇਣਾ ਸੀਗਾ ਛੱਤ ਤੇ, ਮੈਨੂੰ ਫੇਰਿਆ ਛੱਤ ਤੇ ਸੱਚੀ ਮਾਂ, ਆਹ ਛੋਟੀ ਮੈਂ ਤੇਰੇ ਨਾਲ ਬਣ ਕੇ ਤੈਨੂੰ ਉੱਤੇ ਚਿਪਕਾਉਣਾ ਸੀਗਾ। ਆ ਦੇ ਇੱਧਰ ਵੀ ਲੱਗੇ ਹੋਏ ਨੇ ਖੁੰਜੇ 'ਚ, ਇੱਧਰ ਮੈਂ ਲਾ ਤਾ ਤੇ ਅਸੀਂ ਜਾਲੇ ਜੁਲੇ ਸਾਰੇ ਲਾ ਤੇ ਆ ਤੇ ਚਮਕਾ ਦਿੱਤਾ ਹੁਣ ਆ ਘਰ, ਤੇ ਮੇਰੀ ਅੰਮੀ ਨੂੰ ਸਾਡੇ ਨਾ ਯਕੀਨ ਨਹੀਂ ਸੀ ਆਇਆ ਹੈਗਾ, ਤੇ ਇਸ ਲਈ ਨਾ ਮੇਰੀ ਅੰਮੀ ਨੇ ਨਾ ਸਾਡੇ ਕੋਲ ਪੈਰ ਫੜ ਕੇ ਆਪ ਇੱਕ ਵਾਰੀ ਮਾਰਨ ਦੀ ਆਪਣੀ ਤਸੱਲੀ ਵਾਸਤੇ, ਕਿਉਂਕਿ ਜਦੋਂ ਤੱਕ ਮਾਮਾ ਆਪ ਨੇ ਤਸੱਲੀ ਕਰ ਲੈਣ ਉਹਨਾਂ ਨੂੰ ਸਾਡਾ ਕੰਮ ਪਸੰਦ ਨਹੀਂ ਆਉਂਦਾ ਹੈਗਾ, ਤੇ ਫਿਰ ਹੁਣ ਇਮਾਨ ਵਿਚਾਰੀ ਇਹੀ ਸੋਚਦੀ ਕਿ ਮੈਨੂੰ ਅਗਲੇ ਕੰਮ ਦਾ ਆਰਡਰ ਮਿਲਿਆ, ਤੇ ਇਮਾਨ ਚੱਲ ਤੂੰ ਵਾਸ਼ਰੂਮ 'ਚ ਵੜੀਆ ਤੇ ਤੇਜ਼ਾਬ ਲਾਇਆ ਤੇ ਹਾਰਪਿਕ ਲਾਇਆ, ਤੇ 2 ਘੰਟੇ ਤੋਂ ਪਹਿਲੇ ਵਾਸ਼ਰੂਮ 'ਚ ਨਿਕਲ ਆਇਆ ਨੀ ਚਮਕਾ ਕੇ ਆਈ ਇਮਾਨ ਅਲੀ ਕੋਲ ਇਮਾਨ ਅਲੀ ਮੇਰੀਆਂ ਭੈਣ ਆ ਤੇ ਸਫਾਈਆਂ ਸਫੂਈਆਂ ਅਸੀਂ ਸਾਰੀਆਂ ਕਰ ਲਈਆਂ ਸੀਗੀਆਂ ਤੇ ਘਰ ਖੋਲ ਕੇ ਹਰ ਸ਼ੈ ਸੈੱਟ ਕਰ ਦਿੱਤੀ ਤੇ ਮਾਂ ਬਿੱਲੇ ਨੂੰ ਵੀ ਉਦੋਂ ਜਗ੍ਹਾ ਤੇ ਬਿਠਾ ਦਿੱਤਾ ਉਹਨੇ ਦੁੱਧ ਵੀ ਦੇ ਦਿੱਤਾ, ਸਹਿ ਮੈ
जाके बनानी अज बिरयानी ते ओ लेबा बैठ गए ते मेरा बिरयानी वाला पतीला आ ए मैं लेके चली आ अपने दूजे भरा दे नाल ते हुण मैं चलदी आ ते देखो मैं जो आई ना ते मेरी जिहड़ियां कज़नां सीगियां ना सहेलियां ए इन्नियां अकलमंद ने इन्हां ने आन तों पहले इन्ना प्याज कट के रखे कि बेचारे नूं आके औखा ना होवे करना नहीं कुछ नहीं ते प्याज कट के चंगा भला रख दित्ता ते हुण साडी बिरयानी रेडी हो गई आ ते ओहदी फुल लुक वा ते देखण च बड़ी मजे दी लगण दई है असी सारे खामोशी नाल जानदे किसी कोई आवाज़ नहीं आती पर मेरे नाल दी बाजी जिहड़ी है ना ये सारे अलार्म दिती जाती है छम छम करदी करदी ठीक है ना एड्डी खामोशी के नाल असी सड़क ते तुरन दे ना ते इहदे कल्ले दी पैरां दी आवाज़ आ आंदी है टिप टिप कर आंदी है ते अगे कहंदी भई जदों आवाज़ ना आए ते समझो असीं पिछे गुम हो गई वा असी ना हुण तुर तुर के जाणदे आ ते हले तक साडा बाज़ार नहीं आया तो असी पता नहीं कि भूल भुलाइया दे विच वड़ गए हाँ जो कि खत्म होने का बिल्कुल नाम नहीं लै रहा है तो उत्तों मेरे नाल सारे हैवी फरिश्ते काले फरिश्ते काले लिबास दे विच फरिश्ते आए ते ओह मैनूं इन्हां च सारे नाल वक्खरे असी लगन दे ने जिन्हां ने बुरखे नहीं पाए हैगे ते ओह माड़े माड़े चानण नाल नजर आने लग गए बाज़ार दा ते वड़ गईआं ऐ नूं ते आ गई साडी बाज़ार दी रौनक रौनक ते कोई नहीं हैगी हुण ते बाज़ार ही बंद होण वाला टाइम होया ते ना मैं इहदियां चूड़ियां जिहड़ियां असी लै के जाणियां फिर मैं सोचा कि इत्थे आंटी हैगे आ ते उहनां कोल पवा ही लैनी आ ते मैं पवा लिया तो हाई ला मैंने बहुत सोहनिया लगन दई आ ईमान ईमान तू भी पवानी आया ते इतने हर तरह की पी मेरा इन्ना शौक से मैं चूड़िया पवानी मैं पवानी अज मैं पवा के शौक पूरा कर ही लिया ते मैं पवा ली एक दर्जन पूरी ते हुण ईमान ने मेरा वेख के ना कह के मैं भी पवानी आ ते ईमान भी हो गया स्टार्ट ते इस बंदी को जरा कंट्रोल नहीं होया ते साडे वाल वेख के ते ए भी भज्जी आई कि मेरे भी चूड़ियां पवा दो मेरे भी चूड़ियां पवा दो ते हुण ए भी लगी पवान
ਮਾਸ਼ਾਅੱਲਾ ਜਿੰਨੇ ਦੇ ਹੱਥ ਵਾ ਨਾ ਤੇ ਉਹ ਚੁੜੀਆਂ ਵੀ ਸਹਿਜ ਸਹਿਜ ਮਸੀ ਲੱਭਿਆ ਚਲੋ ਉਹ ਲੱਭ ਕੇ ਲੈ ਕੇ ਆਇਆ ਸਹਿਜ ਵੀ ਨਹੀਂ ਤੁਰ ਲੱਭ ਕੇ ਲੈ ਕੇ ਲੈ ਮੇਰੇ ਹੱਥ ਦਾ ਹਾਂਜੀ ਐਡੇ ਵੀ ਮੋਟੇ ਨਹੀਂ ਸ਼ੋਪਿੰਗ ਕਰ ਕੁਰ ਲਈ ਤੇ ਅਸੀਂ ਜਿਹੜੀਆਂ ਸੀਗੀਆਂ ਬਸ ਬਾਹਰ ਦੀ ਦੁਨੀਆਂ ਰੰਗੀਨ ਬਾਹਰ ਦੀ ਰੰਗੀਨ ਦੁਨੀਆਂ ਵੇਖੀਆਂ ਤੇ ਆ ਕੇ ਨਾ ਹੁਣ ਅਸੀਂ ਆਪਣੇ ਨਾ ਅੱਡੇ ਤੇ ਬਹਿ ਗਏ ਸਾਡਾ ਅੱਡਾ ਪਤਾ ਕਿਹੜਾ ਵਾ ਮਨ ਕਿਉਂਕਿ ਬਾਜ਼ਾਰ ਵੀ ਬੰਦ ਹੋ ਰਿਹਾ ਤਾਂ ਬੇਚਾਰੀ ਬੈਟਰੀ ਫੁੱਲ ਲੋ ਹੋ ਗਈ ਆ ਨੀਂਦ ਦੇ ਨਾਲ ਤੇ ਹੁਣ ਅਸੀਂ ਜਾਣਦੇ ਆ ਅੱਲਾ ਦਾ ਨਾਂ ਲੈ ਕੇ ਅਸੀਂ ਨਾ ਜਿਹੜੇ ਬੰਦੇ ਦਾ ਜ਼ਿਕਰ ਕਰਦੇ ਪਏ ਸੀਗੇ ਤੇ ਉਹ ਬੰਦਾ ਮੌਜੂਦ ਆ ਇੱਥੇ ਹੁਣ ਸਾਡੇ ਵਿੱਚ ਸਾਡੇ ਸਾਰਿਆਂ ਵਿੱਚ ਸਿਆਣਾ ਇੱਕ ਬੰਦਾ ਆ ਗਿਆ ਤੇ ਅਸੀਂ ਉਹਨਾਂ ਦੇ ਹੁਕਮ ਤੋਂ ਬਗੈਰ ਹਜੇ ਤੱਕ ਅਸੀਂ ਕੁਛ ਨਹੀਂ ਸੀ ਆਰਡਰ ਕੀਤਾ ਸਿਰਫ ਕੁਰਸੀ ਕੁਰਸੀਆਂ ਮੰਗਾਈਆਂ ਸੀਗੀਆਂ ਤੇ ਹੁਣ ਬੰਦਾ ਆ ਗਿਆ ਸਾਡਾ ਹਾਂਜੀ ਕੀ ਦੱਸੋ ਤੁਸੀਂ ਕੀ ਖਾਣਾ ਦਹੀਂ ਭੱਲੇ ਖਾਣਾ ਹੈ ਇੰਨੀ ਦੂਰ ਦਹੀਂ ਭੱਲੇ ਬਸ ਅਸੀਂ ਤੁਰ ਅਮਾ ਸੁੱਤੇ ਤਾਂ ਨਹੀਂ ਸੀਗੇ ਤੁਹਾਨੂੰ ਨੀਂਦ ਤਾਂ ਨਹੀਂ ਆਈ ਯਾਰ ਇਮਾਨ ਯਾਦ ਹੈ ਤੂੰ ਨੱਕ ਨੂੰ ਬਾਹਰ ਕੱਢ ਲਿਆ ਕਿ ਯਾਰ ਨੱਕ ਨੂੰ ਅੰਦਰ ਕਰ ਲਿਆ ਕਰ ਐਡਾ ਬੜਾ ਨੱਕ ਤੇਰਾ ਮੂੰਹ ਦੇ ਉੱਤੇ ਲੱਗਦਾ ਫਿਰ ਹਾਂ ਐਦਾਂ ਕਰਦਾ ਕਰ ਫਿਰ ਸਹੀ ਲੱਗਦੀ ਆ ਤੇ ਹੁਣ ਨਾ ਫਿਰ ਫਿਰ ਕੇ ਭੁੱਖ ਬਹੁਤ ਲੱਗ ਗਈ ਆ ਤੇ ਹੁਣ ਅਸੀਂ ਬੈਠੇ ਹਾਂ ਇੰਤਜ਼ਾਰ ਕਰਦੇ ਪਏ ਕਿ ਦਹੀਂ ਭੱਲੇ ਆਉਣ ਤੇ ਖਾਈਏ ਕਿਉਂਕਿ ਅਸੀਂ ਸਾਰਾ ਕੁਛ ਛੱਡ ਕੇ ਸਿਰਫ ਦਹੀਂ ਭੱਲੇ ਇੱਥੇ ਖਾਣ ਆਏ ਹਾਂ ਹਮਾਰਾ ਜੋ ਭਾਈ ਜਾਨ ਥਾ ਉਹ ਭੱਲੇ ਲੈ ਆਇਆ ਹੈ ਜਬਕਿ ਨਾ ਅੱਜ ਅੱਛਾ ਵਾਲਾ ਕੰਮ ਸਰ ਇੰਜਾਮ ਦੇ ਲਿਆ ਮੈਂ ਅੱਗੇ ਪਾਰਸਲ ਕਰਾਂ ਅੱਲਾ ਚੁੰਨੀਆਂ ਮੁੰਨੀਆਂ ਬੱਚ ਗਿਓ ਫੜੋ ਹਾਏ ਬਿਸਮਿਲਲਾ ਇਹ ਆ ਵੀ ਬੱਚੋ ਚਮਚ ਦੋ ਦੋ ਲੈਣੇ ਸੇਮ ਚਮਚ ਦੋ ਦੋ ਲੈ ਕੇ ਆ ਤੇ ਮੇਰੇ ਨਾਲ ਦਿਆਂ ਨੂੰ ਨਾ ਪਤਾ ਨਹੀਂ ਕੁਛ ਪਸੰਦ ਆਉਂਦਾ ਕਿ ਨਹੀਂ ਆਉਂਦਾ ਮੈਂ ਕਿਹਾ ਚਲੋ ਮੈਂ ਨਾ ਸ਼ੀਸ਼ਾ ਵੇਖਿਆ ਤੇ ਮੈਂ ਕਿਹਾ ਚਲੋ ਮੈਂ ਸ਼ੋਕੀਆਂ ਮਾਰ ਲਾਂ ਤੇ ਮੈਂ ਇਸ ਲਈ ਨਾ ਮੇਰਾ ਦਿਲ ਤਾਂ ਕੀਤਾ ਬੜਾ ਕਿ ਮੈਂ ਸੈਲਫੀ ਲਵਾਂ ਪਰ ਮੇਰੇ ਕੋਲ ਸੈਲਫੀ ਲੈਣੀ ਹੋਈ ਤੇ ਮੈਂ ਕਿਹਾ ਚਲੋ ਮੈਂ ਕਲਿੱਪ ਵੀ ਬਣਾ ਲੈਂਦੀ ਹਾਂ ਵਲੋਗ ਸ਼ੁਰੂ ਕਰ ਲੈਂਦੀ ਹਾਂ ਇੱਥੇ ਅਤੇ ਇਸ ਵਿਚਾਰੀ ਨੂੰ ਅੱਜ ਹੋ ਗਿਆ ਜ਼ੁਕਾਮ ਜੋ ਕਿ ਬਹੁਤ ਅਫਸੋਸਨਾਕ ਖਬਰ ਆ ਅਤੇ ਅੱਜ ਅਸੀਂ ਆਏ ਹੋਏ ਹਾਂ ਸਟਾਈਲੋ ਦੇ ਸਾਡੇ ਸ਼ਹਿਰ ਦੇ ਵਿੱਚ ਸਾਡੇ ਵੀ ਸ਼ਹਿਰ 'ਚ ਸਟਾਈਲੋ ਬਣ ਗਏ ਤਾਂ ਮੈਂ ਪਹਿਲੀ ਵਾਰੀ ਆਈ ਅਤੇ ਕਹਿੰਦੇ ਹੁੰਦਾ ਨਾ ਬਾਂਦਰਾਂ ਦੇ ਹੱਥ ਲੰਗੂ ਅੰਗੂਰ ਕੇ ਲੰਗੂਰ ਅਤੇ ਮੈਂ ਵੀ ਵੇਖ ਕੇ ਕਮਲੀ ਹੋਈ ਲੇਕਿਨ ਮੈਨੂੰ ਤਾਂ ਪਸੰਦ ਕੋਈ ਚੀਜ਼ ਨਹੀਂ ਹੈ ਆਈ ਤਾਂ ਐਸੀ ਕੋਈ ਸ਼ਹਿਰ ਜਿਹੜੀ ਮੈਨੂੰ ਤਾਂ ਇਮਾਨ ਨੂੰ ਪਸੰਦ ਆਈ ਹੋਵੇ ਬਿਲਕੁਲ ਵੀ ਨਹੀਂ ਅਤੇ ਸਾਨੂੰ ਕੋਈ ਚੀਜ਼ ਨਹੀਂ ਪਸੰਦ ਆਇਆ ਹੈਗੀ ਮੈਂ ਕਿਹਾ ਚਲੋ ਹੋਰ ਤਾਂ ਪਸੰਦ ਆਇਆ ਨਹੀਂ ਆਇਆ ਹੈਗਾ ਅਸੀਂ ਕਮ ਸ਼ੀਸ਼ੇ ਦੇ ਅੱਗੇ ਸ਼ੋਕੇ ਹੀ ਮਾਰ ਲਈਏ ਹੈ ਨਾ ਮਾਨ ਅਤੇ ਸ਼ੋਕੇ ਸ਼ੁਕੇ ਮਾਰ ਲਈਆਂ ਅਤੇ ਹੁਣ ਚੱਲਦੇ ਹਾਂ